ਕਿਉਂ ਉੱਠੀ ਚਬਾਇਆ ਗਿਆ ਹੈ? ਲੰਮਾ ਪਾਇਆ ਜਾ ਸਿਵਾ ਲਾਇਆ ਅੰਦਰ ਤੇ ਵੇਖਾਂ ਥੱਕ ਗਿਆ ਹੈ। ਲੰਮਾ ਪਾਇਆ ਪਾਇਆ ਕੇ ਥੱਕ ਗਿਆ ਕਿ ਬਾਹਰ ਬਹਿ ਕੇ ਹੈ ਫੈਸਲਾਬਾਦ ਡਾਕਟਰ ਅੱਖੀ ਵਾਲਾ ਓਹਦੇ ਕੋਲ ਮੇਰਾ ਦਿਲ ਹੈ ਤੇਰੀ ਅੱਖੀ ਚੈੱਕ ਕਰਾਈਏ ਜਿਹੜੀ ਵੀ ਤੇਰੀ ਨਜ਼ੀਰ ਦਾ ਕੋਈ ਮਸਲਾ ਹੈ ਨਾ। ਹਰ ਕਿਸੇ ਦਾ ਦਿਲ ਆਖਦਾ ਹੈ ਬਈ ਮਰਦੇ ਦਮ ਤਾਈਂ ਚਲੋ ਇਹ ਜਾਨ ਵੇਖ ਲਈਏ, ਕਿਹਦਾ ਦਿਲ ਨਹੀਂ ਆਉਂਦਾ ਹੈ ਤੇ ਤੇਰੀ ਅੱਖੀ ਦਾ ਇਲਾਜ ਕਰਵਾਉਂਦੇ ਹਾਂ। ਮੈਂ ਉਹਨੂੰ ਆਖਿਆ ਹੈ ਸੁਨੈਣ ਨੂੰ ਤੂੰ ਫਿਕਰ ਨਾ ਕਰ, ਅਗਰ ਫੈਸਲਾਬਾਦ ਤਾਂ ਇੰਨਾ ਹੀ ਲੈ ਗਿਆ ਤੇ ਆਇਆ ਪਰ ਚਨਿਓਟ ਨਾ ਹੀ ਉੱਥੇ ਖਲੋਤਾ ਹੈ ਹਸਪਤਾਲ, ਉੱਥੋਂ ਜਾ ਕੇ ਕਰਵਾ ਲੈਂਦੇ ਹਾਂ ਅੱਖੀ ਦਾ। ਬਾਰਾ ਲੈ ਆਇਆ ਕਿ ਹੁਣ ਫਿਕਰ ਨਾ ਕਰ ਤੇਰਾ ਕੁਝ ਕਰ ਲੈਂਦੇ ਹਾਂ। ਇਹੀ ਗਿਆ ਬੰਦਾ ਹਰ ਟਾਈਮ ਸੋਚਦਾ ਰਵੇ ਬਈ ਹੁਣ ਕਿਤਨਾ ਸਾਫ਼ ਕੁਝ ਦਿਸਦਾ ਹੈ ਕਿ ਬਿਲਕੁਲ ਕੋਈ ਨਹੀਂ ਸਹੀ ਦਿਸਦਾ। ਇਤਨੀ ਖਰਾਬ ਹੈ ਮੈਨੂੰ ਅੱਖੀ ਦਾ ਮਸਲਾ ਹੈ ਢੇਰ, ਮੇਰੀ ਅੱਖੀ ਚ ਕਾਸ਼ਾ ਨਹੀਂ ਦਿਸਦੀ, ਇਹਦੀ ਕੋਈ ਅੱਖੀ ਦਾ ਕਰ ਛੱਡੋ। ਮੈਂ ਇਹ ਦੱਸ ਮੈਂ ਹੋਇਆ ਜਾਤ ਮੈਂ ਉਹੀ ਦੱਸ ਨੈਣ ਉਹਦੀ ਹਰ ਖਿਦਮਤ ਕਰਨੀ ਹੈ। ਇੱਥੋਂ ਉਹ ਵੀ ਆਪਣੀ ਜਗ੍ਹਾ ਤੇ ਸੱਚਾ ਹੈ ਜਿਹੜੀਆਂ ਗੱਲਾਂ ਉਹ ਕਰਦਾ ਬੈਠਾ ਹੈ। ਤੈਨ ਕੋ ਨਹੀਂ ਪਤਾ ਡਾਕਟਰ ਤੇ ਲੈ ਗਿਆ ਮੈਂ। ਹਾਂ ਤੇ ਡਾਕਟਰ ਆਖਿਆ ਦੀ ਉਮਰ ਹੋ ਗਈ ਜ਼ਿਆਦਾ, ਇਸ ਵਾਸਤੇ ਉਹਨੇ ਦਾ ਇਲਾਜ ਜਿਹੜਾ ਹੈ ਨਾ ਔਖਾ ਹੈ। ਤਾਂ ਕਿ ਆਪਰੇਸ਼ਨ ਅਸੀਂ ਕਰੀਏ ਉਹਦੀ ਉਮਰ ਜ਼ਿਆਦਾ ਹੈ ਤੇ ਇਸ ਉਮਰ ਵਿੱਚ ਆਪਰੇਸ਼ਨ ਕਰਨਾ ਹੀ ਨਹੀਂ ਚਾਹੀਦਾ। ਮੇਰਾ ਦਿਲ ਆ ਤੂੰ ਐਵੇਂ ਖਿਦਮਤ ਕਰਦੀ ਪਈ ਹੈ। ਮੇਰਾ ਦਾਦਾ ਜੀ ਬਾਕੀ ਮੇਰਾ ਪਿਓ ਹੈ, ਚਲੋ ਉਹਨੂੰ ਵੀ ਕਦੇ ਪਤਾ ਲੱਗ ਜਾ ਸੀ, ਪਰੇਸ਼ਾਨ ਹੋਈ ਕਰੋ ਤੇ ਮਾਂ ਪਿਓ ਦੀ ਪਤਾ ਕਿਹੜੀ ਖੁਆਇਸ਼ ਹੁੰਦੀ ਹੈ ਕਿ ਮੇਰੀ ਮਰਜ਼ੀ ਨਾਲ ਦੀ ਪੁੱਤ ਕਰੇ ਸ਼ਾਦੀ। ਤੂੰ ਆਪਣੀ ਮਰਜ਼ੀ ਨਾਲ ਮੈਨੂੰ ਕਰਕੇ ਲੈ ਕੇ ਆ ਗਿਆ ਹੈ, ਇਹ ਦੱਸੋ ਆਪਣੀ ਜਗ੍ਹਾ ਤੇ ਤੇਰਾ ਪਿਓ ਵੀ ਸੱਚਾ ਹੈ, ਮਗਰ ਇਹ ਮੈਨੂੰ ਤੂੰ ਦੱਸੋ ਵੀ ਮੈਂ ਜੋ ਖਿਦਮਤ ਇਸ ਤੂੰ ਨਹੀਂ ਕਰਦੀ ਕਿ ਮੈਂ ਤੇਰੀ ਨਜ਼ਰ ਕੋਈ ਆਪਣੀ ਇੱਜ਼ਤ ਜਾਂ ਪਿਆਰ ਵਧਾਵਾਂ ਚਾਹੁੰਦੀ ਹਾਂ। ਇਹ ਮੇਰਾ ਫਰਜ਼ ਹੈ, ਇਹ ਮੇਰਾ ਗਾਰ ਹੈ, ਇਹ ਮੇਰੇ ਆਪਾਂ ਇਹਨਾਂ ਦੀ ਮੈਂ ਨਹੀਂ ਕਰਨੀ ਤੇ ਹੋਰ ਕਿਆ ਕਰਨੀ। ਮੁਕੱਦਸ ਤੈਨੂੰ ਅੱਲਾਹ ਪਾਕ ਨੇ ਇਹਦਾ ਅਜਰ ਦੇਸੀ ਤੇ ਜ਼ਰੂਰ ਤੂੰ ਆਪਣੇ ਇੱਕ ਇਹ ਜੇ ਤੂੰ ਖਿਦਮਤ ਕਰਦੀ ਪਈ ਨਾ ਤੂੰ ਕਾਮਯਾਬ ਹੋ ਸੀ ਇਨਸ਼ਾਅੱਲਾ ਇਨਸ਼ਾਅੱਲਾ। ਹਾਂ ਕੋਈ ਨਹੀਂ ਉਹ ਗੁੱਸਾ ਹੋ ਜਾਂਦਾ ਹੈ ਤੇ ਬਾਕੀ ਮੈਨੂੰ ਇਹ ਦੱਸ ਦਿਸ ਆਂਬਾ ਲੜਦਾ ਹੈ ਉਸ ਸਮ ਦਾਦਾ ਉਹਨਾਂ ਕੋ ਨਹੀਂ ਸਮਝਿੰਦਾ ਕਿ ਮੇਰੀ ਖਿਦਮਤ ਕਰਨਦੀ ਹੈ ਤੇ ਮੇਰਾ ਖਿਆਲ ਰੱਖਦੀ ਹੈ। ਉਹ ਵਿਚਾਰੇ ਦੀ ਯਾਦਦਾਸ਼ਤ ਹੀ ਨਹੀਂ, ਉਹਦੀ ਯਾਦਦਾਸ਼ਤ ਇੰਜ ਦੀ ਹੋ ਗਈ ਹੈ ਭਈ ਉਹ ਹਰ ਟਾਈਮ ਆਂਦਾ ਰਹਿੰਦਾ ਹੈ ਤੂੰ ਕੌਣ ਹੈ, ਉਹਨੂੰ ਪੋਤੇ ਨੂੰ ਆਂਦਾ ਤੂੰ ਕੌਣ ਹੈ, ਉਹਦੀ ਯਾਦਦਾਸ਼ਤ ਹੀ ਇੰਜ ਦੀ ਹੋ ਗਈ। ਅੱਬੇ ਨੂੰ ਕੋਣ ਸਮਝਿੰਦਾ ਜਿਸ ਟਾਈਮ ਜੂ ਤੇਰੇ ਸਾਹਮਣੇ ਇਸ ਨਾਲ ਆ ਕੇ ਲੜਦਾ ਹੈ ਹੈ ਤੇ ਆਂਦਾ ਹੈ ਕਿ ਤੂੰ ਤੂੰ ਨਿਕਲ ਜਾ ਤੇ ਉਸ ਟਾਈਮ ਤੂੰ ਕੋਣ ਆਂਦਾ ਕਿ ਚੰਗੀ ਹੈ ਤੇ ਖਿਦਮਤ ਮੇਰੀ ਕਰਦੀ ਹੈ, ਕਿਉਂ ਨੂੰ ਆਂਦਾ ਉਸ ਟਾਈਮ ਅੱਬੇ ਨੂੰ?
ਡਰਦਾ ਹੈ ਬੇ ਤੂੰ? ਉਹ ਕਿਸੇ ਤੋਂ ਨਹੀਂ ਡਰਦਾ, ਉਹ ਆਪੇ ਸਾਹ ਪੇ ਆ ਗਿਆ ਹੁੰਦਾ ਹੈ ਉਹਦੇ ਨਾਲ ਨਾ ਕਾਲ ਤੋਂ ਆਪੇ ਨਹੀਂ। ਇਤਨਾ ਕੋਈ ਸਮਝਦਾਰ ਹੈ ਇਤਨਾ ਪੂਰੇ ਕਰਦਾ ਪਿਆ ਮੰਜੀ ਤੇ ਬਹਿ ਕੇ ਹੁਣ ਉਹ ਅਗਲੀ ਨਹੀਂ ਨਾ ਅਵਸਥਾ ਰਹਿ ਗਈ ਨਾ ਅਗਲੀਆਂ ਗੱਲਾਂ ਰਹਿ ਗਈ। ਹੁਣ ਬੋਲਦਾ ਨਾ ਪਿਆ ਕਿਉਂ ਨੂੰ ਕਿਰਨ ਦਾਬੇ ਨਾਲ ਹਾਂ ਚਾਚੇ ਯੋਨਸ ਨੂੰ ਉਸ ਕਦੀ ਸਮਝਾਇਆ ਜੋ ਅੱਬੇ ਨੂੰ ਸਮਝਾ ਕਿਹੜੀ ਸ਼ੈ ਪਿਓ ਕੋ ਹੋਇਆ ਹੁਣ ਪਿਓ ਆਵੇ ਨਾ ਉਸ ਤੇ ਨਾ ਉਹਨਾਂ ਨਾਲ ਲੜਨਾ ਹੈ ਮੈਨੂੰ ਪਤਾ ਜੇ ਮੈਂ ਨਿਕਲ ਜਾਂਦਾ ਨਾ ਇਸ ਨਾਲ ਉਹ ਕਿਹੜੀ ਕਾਰ ਕਰਦਾ ਤੂੰ ਚੁੱਪ ਕਰਕੇ ਸੁਣਦਾ ਰਹਿੰਦਾ ਓਏ ਹੋਏ ਜਾਵਾਂਗੇ ਇਸ ਮੈਂ ਉਹਦੇ ਨਾਲ ਕਿਉਂ ਇਹ ਜੀ ਗੱਲਾਂ ਕਰਦਾ ਪੈ ਇਹ ਯੋਰ ਕੀ ਕਰੇਗਾ ਹੈ ਯੋਰ ਕੀ ਕਰੇਗਾ ਉਹ ਲੜਦਾ ਹੈ ਇਸ ਨਾਲ ਉਹ ਆਂਦਾ ਗੱਲ ਦੀ ਸਮਝ ਕੌਣ ਸੁਣਦੀ ਉਹ ਆਂਦਾ ਵੀ ਮੈਂ ਆਪੇ ਬਤਾਈ ਲਾਇਆ ਮੈਂ ਆਈ ਤੇ ਸਨੈਨ ਆਪੇ ਮਰਜ਼ੀ ਦੀ ਸ਼ਾਦੀ ਕਿਉਂ ਕੀਤੀ ਏ ਮੈਂ ਜੋ ਆਪਣੀ ਮਰਜ਼ੀ ਤੈਨੂੰ ਅੱਖੀ ਦਿਸਦਾ ਕੋਈ ਨਹੀਂ ਨਾ ਇਹ ਤੂੰ ਵੇਖਿਆ ਨਾ ਆਪਣੇ ਨਾਂ ਤੈਨੂੰ ਪਤਾ ਲੱਗਿਆ ਕਿ ਮੈਂ ਹੀਰਾ ਲੈਂਦਾ ਹੀਰਾ ਹਾਂ ਐਡੀ ਸੋਹਣੀ ਹੈ ਤੇਰੀ ਨਾਂ ਅੱਛਾ ਗੱਲ ਸੁਣ ਮੇਰੀ ਉਹਨੂੰ ਉਹਦੇ ਵਾਸਤੇ ਵੀ ਕੋਈ ਉੱਥੋਂ ਲੈ ਆ ਕਾਸ਼ਾ ਤੇ ਕੋਈ ਸਬਜ਼ੀ ਸੁਬਜ਼ੀ ਲੈ ਆ ਟਾਈਮ ਨਾਲ ਬਹਾ ਲਵੀਏ ਉੱਤੋਂ ਅੱਜ ਕੱਲ੍ਹ ਬਾਦਸ਼ਾਹ ਦੇ ਮੌਸਮ ਹੈ ਤੇ ਪਤਾ ਲੱਗਦਾ ਕੋਈ ਨਹੀਂ ਕੀ ਲੈਵਾਂ ਕੋਈ ਸਬਜ਼ੀ ਲਈ ਆ ਜਿਹੜੀ ਤੇ ਦਿਲ ਲੈ ਖਾਵਾਂ ਵਾਸਤੇ ਉਹ ਲਈ ਆਨਾ ਆਪੇ ਦੇਵ ਦੀ ਨਾ ਸੋਈ ਜਿਹੜੀ ਦਿਲ ਅੱਬਾ ਜਿਹੜੀ ਸਬਜ਼ੀ ਪਸੰਦ ਕਰ ਉਹ ਤਾਂ ਕਰੇਲੇ ਗੋਲ ਚਾਹ ਮਰ ਉਹ ਲੈ ਆਮਨਾ ਕਰੇਲੇ ਉਹ ਲਈ ਆ ਤੂੰ ਆਪ ਤੋਂ ਖਾਂਦੀ ਨਾ ਮੈਂ ਮੁੱਢੂ ਹੀ ਨਾ ਖਾਵਾਂ ਮੇਰਾ ਸੋਹਰਾ ਕਿ ਮੈਂ ਰਾਜ਼ੀ ਹੋ ਜਾਵੇ ਬਸ ਬਸ ਮੇਰੀ ਤਾਂ ਇਹ ਦੁਆ ਹੈ ਸ਼ਾਲਾ ਤੇ ਤੇ ਰਾਜ਼ੀ ਹੋ ਜਾਵੇ ਤਾਂ ਹੈ ਘਰ ਸਕੂਨ ਹੋਣੇ ਨਹੀਂ ਤਾਂ ਚਲੋ ਅਸੀਂ ਤਾਂ ਸਕੂਨ ਨਾਲ ਵਧੀਆ ਹੈ ਤੂੰ ਵੀ ਵਧੀਆ ਲੇਕਿਨ ਤੇਰਾ ਸਕੂਨ ਦਾ ਮੋੜ ਵੀ ਖਰਾਬ ਕਿੱਥੇ ਰੱਖਦਾ ਅੱਛਾ ਨਾ ਤੂੰ ਮੇਰੇ ਤੋਂ ਚੇੜ ਕੇ ਨਾ ਉਹਦੇ ਨਾਲ ਖੱਪਿਆ ਕਰ ਤੇਰੇ ਪਿਓ ਤੈਨੂੰ ਇਸ ਵਾਸਤੇ ਕੋਈ ਨਾ ਜਾਇਆ ਸਾਂਭਿਆ ਬਈ ਤੂੰ ਕੱਲ ਨੂੰ ਆਪੇ ਸਮਾਈ ਦਾ ਮਗਰ ਲੱਗ ਕੇ ਉਹਦੇ ਨਾਲ ਖੱਪੀ ਤੇ ਆ ਕੋਈ ਨਹੀਂ ਮੈਂ ਉਸ ਨਾਲ ਇਸ ਵਾਸਤੇ ਖੱਪਦਾ ਕਿ ਤੂੰ ਜਸ ਆਪਣਾ ਮਾਂ ਪਿਓ ਛੋੜ ਕੇ ਨਾ ਆਏ ਜੋ ਵੀ ਹੈ ਇੱਕ ਦੀ ਪੋਤ ਨੂੰ ਅਗਰ ਮਾਂ ਪਿਓ ਫਾਲਦਾ ਹੈ ਨਾ ਇਸ ਦੇ ਵਾਸਤੇ ਵੱਡਿਆ ਨਹੀਂ ਕਰਦਾ ਕੱਲ ਨੂੰ ਆਪਣੀਆਂ ਸਮਾਈਆਂ ਦੇ ਪਿੱਛੇ ਲੱਗ ਕੇ ਆਪੇ ਮਾਂ ਨਾਲ ਜ਼ਬਾਨ ਦਰਾਜ਼ੀ ਪਿਓ ਨਾਲ ਜ਼ਬਾਨ ਦਰਾਜ਼ੀ ਚੱਲ ਮਾਂ ਤੇ ਤੇਰੀ ਇਸ ਦੁਨੀਆ ਤੇ ਹੈ ਕੋਈ ਨਾ ਪਿਓ ਤਾਂ ਹੈ ਨਾ ਮੈਂ ਸਾਰੀਆਂ ਕੁਰਬਾਨੀਆਂ ਵੇਖਣੀਆਂ ਹੁੰਦੀਆਂ ਤੇ ਮੁਕੱਦਸ ਜਿਹੜੇ ਤੂੰ ਕੁਰਬਾਨੀਆਂ ਮੇਰੇ ਵਾਸਤੇ ਦਿੱਤੀਆਂ ਮੈਂ ਉਹ ਨਾ ਵੇਖਾਂ ਮਾਂ ਬੋਈ ਹੋਈ ਹਾਂ ਹਾਂ ਅੱਬੇ ਨੂੰ ਕੋਈ ਨਹੀਂ ਪਤਾ ਮਖੌਲ ਇਹਦੀਆਂ ਗੱਲਾਂ ਨਾ ਜ਼ਹਿਨ ਤੇ ਲਈਆਂ ਕਾਲ ਭੁੱਖ ਕਿਨੂੰ ਲੱਗੀ ਮੈਂ ਤੰਦੂਰੀ ਤਾ ਲਵਾਂ ਵੇਖਣ ਵਾਲੇ ਵੀ ਆਂਦੇ ਪਤਾ ਨੀ ਕਿਉਂ ਖਲੀ ਹੈ ਇਸਤੇਮਾਲ ਅੱਗੇ ਜਾਂਦੇ ਵੇਖਿਆ ਕਿਹੜੀ ਬੈੜੀ ਗੱਲ ਚਾਚੇ ਨੂੰ ਟਕਰ ਕਿਉਂ ਦੱਸਦੇ ਆ ਪਤਾ ਨੀ ਉਹਨੂੰ ਕੁਝ ਨੀ ਆਦਾ
ਜਾਂ ਪਤਾ ਨਹੀਂ ਉਦੋਂ ਥੱਲੇ ਲੱਗੋ ਹੈ ਜਾਂ ਕੀ ਹੈ ਮੈਨੂੰ ਸਮਝ ਨਹੀਂ ਆਉਂਦੀ। ਬਸ ਹੁਣ ਮਰੋਦ ਹੋਵੇ ਨਾ ਘਰ ਦੇ ਵਿੱਚ ਬੀਵੀ ਦਾ ਤਾਂ ਉਸ ਉਹਨੂੰ ਰੋਕਣਾ ਚਾਹੀਦਾ। ਹੁਣ ਮੈਂ ਇੰਨੇ ਲੜਦਾ ਬੱਤਾ ਪਤਾ ਨਹੀਂ ਉਹ ਫਿਰ ਕੀ ਸਮਝਦੀ ਹੈ। ਪਰ ਨਹੀਂ ਤੁਹਾਡੀ ਗੱਲ ਸੱਚੀ ਹੈ, ਅਸੀਂ ਅਸੀਂ ਨਹੀਂ ਖਲੋਣਾ ਚਾਹੀਦਾ ਕਿ ਰਸਤੇ 'ਤੇ ਕੋਈ ਆਉਂਦਾ ਜਾਂਦਾ ਗੱਲਾਂ ਕਰੇ ਸੀ ਫਲਾਣੇ ਦੀ ਨੋਂ ਹੈ ਸੌ ਬੰਦਾ ਲੱਗਦਾ। ਜੀ ਹਾਂ ਜੀ ਹਾਂ ਜੀ ਬਿਲਕੁਲ, ਤੁਸੀਂ ਮੁੜਤੇ ਵਾਲੇ ਬੰਦਿਆਂ ਨੂੰ ਤਾਂ ਕਾਵੜ ਹੀ ਲੱਗਦੀ। ਅਸੀਂ ਤਾਂ ਇੱਥੋਂ ਰਹਿਣ ਵਾਲੇ। ਹਾਂ ਬਸ ਤੁਹਾਨੂੰ ਤਾਂ ਕਾਵੜ ਲੱਗਣੀ ਹੋਈ ਨਹੀਂ, ਇਹਦਾ ਵਾਸਤੇ ਨਾ ਇਹਦਾ ਵਾਸਤੇ ਨਾ ਉਸ ਤੁਸੀਂ ਵੇਖ ਲਿਆ ਇਹਦਾ ਵਾਸਤੇ ਹੁਣ ਆਵਾਰਾ ਤੁਸੀਂ ਹੁਣ ਖਲੋਤੀ ਵਿਕਸ ਹੋਈ ਨੇ ਠੀਕ। ਮੈਂ ਹੁਣ ਘਰ ਜਾ ਕੇ ਹੁਣ ਸਮਝੇ ਸਾਂ ਅਤੇ ਜਿਹੜਾ ਆਪਣਾ ਮੇਰਾ ਛੋਹਰ ਹੈ ਉਹ ਜਿਹੜਾ ਹਾਂਡੀ ਤਰ੍ਹਾਂ ਥੱਲੇ ਉਹਦੇ ਲੱਗੋ ਆ ਹਸਨੈਨ ਉਹ ਨਹੀਂ ਮੈਂ ਸਮਝੇ ਸਾਂ ਬਸ ਤਰ ਲੈਦੀ ਉਹ ਮੈਨੂੰ ਟਕਰਿਆ ਦੋ ਕਾਸ਼ੀ ਵੀ ਟਕਰਿਆ ਅਤੇ ਕੀ ਨਾਂ ਤੇਰਾ ਮੈਂ ਬੋਲ ਗਿਆ ਪੁੱਤਰ ਗੁਲਾਮ ਅਬਾਸ ਉਹ ਬਦੋ ਮੈਂ ਖਲੋਤਿਆ ਅਤੇ ਉਹਨਾਂ ਮੈਨੂੰ ਆਇਆ ਗੱਲ ਕੀਤੀ ਭੈੜੀ ਗੱਲ ਹੈ ਬਾਈ ਵੀ ਸਾਡੇ ਆਪਣੇ ਤਾਂ ਉਨਾ ਹੀ ਅਫਸੋਸ ਤੂੰ ਗੱਲ ਕੀਤੀ ਦਰਦ ਤੂੰ ਗੱਲ ਕੀਤੀ ਹੈ ਠੀਕ ਹੈ ਮੇਰਾ ਪੁੱਤ ਠੀਕ ਹੈ ਚੰਗਾ ਬੜੀ ਮਿਹਰਬਾਨੀ ਜੀ ਬੜੀ ਪਤਾ ਨਹੀਂ ਗਾਕੇ ਦੀ ਪਲੇਟ ਕਿਤੇ ਖਰਾਬ ਛੱਡੀ ਹੈ ਇੰਨੇ ਪਾਣੀ ਤਾਂ ਬਾਹਰ ਲਿਆ ਹੈ ਹੁਣ ਆਟੇ ਦਾ ਲਾ ਅਸਲਾਮ ਗਾਕੇ ਦੀ ਪਲੇਟ ਡੁੱਡੇਂਦੇ ਡੁੱਡੇਂਦੇ ਅਗਰ ਯਾਦ ਨਾ ਖੜੀ ਜਾਵੀਂ ਕੀ ਹੋਇਆ ਅੰਮੀ ਸਾਰਾ ਸੁਣੀਂਦਾ ਪਿਆ ਜੋ ਕੁਝ ਆਉਂਦਾ ਪਿਆ ਨਾ ਇਹ ਅਸੀਂ ਕਿ ਅੰਨੇ ਕੋਈ ਨਹੀਂ ਆ ਡੋਰੇ ਕੋਈ ਨਹੀਂ ਆ ਕਮਲੇ ਕੋਈ ਨਹੀਂ ਆ ਅਗਰ ਠੋਕਰ ਤਿਆਰੀ ਕਰ ਮੈਂ ਤੈਨੂੰ ਲੱਭਣ ਆਈ ਹਾਂ ਕੀ ਹੋਇਆ ਤੁਹਾਡਾ ਰੰਗ ਕਿਉਂ ਉੱਡੇ ਹੋਇਆ ਹੋਇਆ ਕੀ ਤਾਂ ਡੱਟਿਆ ਹੋਰ ਕੀ ਹੈ ਸਕੂਟਰ ਤੋਂ ਡੱਟਿਆ ਹੋਰ ਕੀ ਹੈ ਇਹ ਮੈਂ ਦੱਸੋ ਓਏ ਉਹ ਕੁਝ ਨਹੀਂ ਉਹ ਸੱਟ ਨੂੰ ਤੂੰ ਛੱਡ ਦੇ ਤੂੰ ਮੈਨੂੰ ਇਹ ਦੱਸ ਬਾਈ ਇੱਥੇ ਕੀ ਨਿਤ ਜਿਹੜੇ ਤੂੰ ਆਂਦੀ ਲੜਾਈਆਂ ਝਗੜੇ ਨਹੀਂ ਪਏ ਮੁੱਕਦੇ ਨਿਤ ਜਿਹੜੇ ਤੂੰ ਆਂਦੇ ਨਹੀਂ ਫਸਾਦ ਮੁੱਕਦੇ ਪਏ ਕਾ ਹੋਇਆ ਇਸ ਕਦੀ ਸਿੱਧੀ ਦੱਸੀ ਆਇਓ ਮੈਂ ਤੱਥੇ ਲਾਈ ਰੱਖਦੀ ਹਾਂ ਸਾਰੀ ਖਬਰ ਆਉਂਦੀ ਚਾਰ ਚੁਫੇਰੀ ਮੈਨੂੰ ਅਗਲੀ ਗੱਲ ਦਾ ਨਹੀਂ ਪਤਾ ਮੈਂ ਤੈਨੂੰ ਪਿਆਨੀ ਮੈਂ ਤਿਆਰੀ ਕਰ ਤਾਂ ਮੈਂ ਤੈਨੂੰ ਲੈ ਵੜਾ ਮੈਂ ਤੈਨੂੰ ਇੱਥੇ ਇੱਕ ਮਿੰਟ ਨਹੀਂ ਬਾਉਣ ਸਹੀ ਆਦੀ ਪਈ ਤਾਂ ਕੀ ਗੱਲ ਏ ਜੀਵਨ ਸਾਹਿਬ ਹੈ ਕਿ ਮੈਂ ਉਹਦੇ ਨਾਲ ਆਪ ਬਹਿ ਕੇ ਇੱਥੇ ਗੱਲ ਕਰਾਂ ਮਸਲਾ ਕੀ ਵਜ੍ਹਾ ਕੀ ਤੂੰ ਕਿਉਂ ਇੱਥੋਂ ਨਿਕਲ ਹੈ ਕੋਈ ਨਾ ਨੌਕਰ ਪਰਨਾ ਕੇ ਲਈ ਜਾਂਦਾ ਵੱਡਿਆਂ ਦੀ ਖਿਦਮਤ ਕਰਨਾ ਨੌਕਰ ਨਹੀਂ ਬੰਦਾ ਹੋ ਜਾਂਦਾ ਮੈਂ ਤਾਂ ਠੇਕਾ ਤਾਂ ਕੋਈ ਨੀ ਚਾਲੇ ਸਹੀ ਆਦੀ ਪਈ ਅੰਮੀ ਕੀ
ਕੋਸ਼ਿਸ਼ ਕਰਦੀ ਪਈ ਆ, ਤੁਸੀਂ ਮੇਰਾ ਨਾ ਕਿਉਂ ਖਪਦੇ ਹੋ? ਇਹ ਕਿਹੜਾ ਘਰ ਵਸਾਉਣ ਦਾ? ਇੱਥੇ ਤੈਨੂੰ ਨੌਕਰ ਬਣਾ ਕੇ ਰੱਖਿਓ ਹੋਇਆ, ਇਹਨੂੰ ਵੇਖਿਆ ਨਾ, ਸਾਰੀ ਦਿਹਾੜ ਤੇਰੇ ਸਿਰ ਉੱਤੇ ਮੁਸੱਲਤ ਕੀਤਾ ਹੋਇਆ ਨੇ। ਮੈਂ ਗਾਏ ਵਸਾਵਾਂ ਆ, ਮੈਂ ਆਪੇ ਗਾਏ ਗੁੰਡੇ ਨਹੀਂ ਪਾਉਣੇ, ਪੇ ਗੁੰਡੇ ਮੰਗਾ ਕੇ ਤੇ ਤਾਂ ਮੈਂ ਆਪੇ। ਮੈਂ ਤਾਂ ਨਹੀਂ ਸਮਝ ਆਂਦੀ, ਇਹ ਉਹ ਮੁਕੱਦਸ ਹੈ ਜਿਹੜੀ ਗਾਲ ਗਾਲ ਤੋਂ ਤੇ ਲੜ ਪਉਂਦੀ ਆ, ਜ਼ਰੀ ਜ਼ਰੀ ਗਾਲ ਤੇ ਲੜਦੀ ਆ, ਜ਼ਰੀ ਇਹ ਗਾਲ ਨਾਲ ਬਰਦਾਸ਼ਤ ਹੁੰਦੀ ਤੇ ਹੁਣ ਇੱਥੇ ਵੇਖ। ਗਾਏ ਵਸਾਵਾਂ ਬਹੁ ਔਖੇ ਹੁੰਦੇ ਨੂੰ ਐ ਸ਼ੋਹ। ਓਏ ਹੁਣ ਕੋਈ ਨਹੀਂ ਸਾਡੇ ਨਾਲ ਆਵਣਾ, ਤੂੰ ਸਾਨੂੰ ਸੋਧਾ ਨਾ ਵਿਕਾਸੀਆਂ ਨੇ, ਕੋਈ ਨਹੀਂ ਸਵੇਦ ਦੇ ਪਾ, ਤੋ ਕੋਈ ਨਹੀਂ ਆਵਣਾ। ਨਹੀਂ ਅੰਮੀ ਮੈਂ ਪੱਕੀ ਗੱਲ ਹੈ ਕੋਈ ਨੂੰ ਆਵਣਾ ਹੈ ਨਹੀਂ। ਬਸ ਰਾਜਨੀਤ ਮੈਂ ਉੱਥੇ ਵੀ ਆਖਿਆ ਉਸ ਕਾਜ ਨੂੰ ਆਉਣਾ, ਮੈਨੂੰ ਪਤਾ ਜਿਹੜੀ ਪਗੜੀ ਤੋਂ ਸਾਨ ਬਣਾਵਣੀ ਹੈ ਨਾ, ਮੈਨੂੰ ਚੰਗੀ ਰੁਚਾ ਮੈਂ ਕੀ ਕੀਤਾ ਨਾ, ਪਰ ਗਾਈ ਵਸੈਂਦੀ ਪਈਆਂ ਨਾ ਵਸਾ, ਇਹੋ ਵਸਾ ਇਹੋ ਥਾਈ ਰਹੋ, ਸਮਝ ਆ ਗਈ? ਮਣ ਅਸੀਂ ਤਾਂ ਇੰਨੇ ਸਮਝ ਮਰ ਗਏ ਤੇ ਤੋ ਕੋਈ ਨਹੀਂ ਨਾ ਆਵਣ। ਅੰਮਾ ਜਦ ਤੈ ਆ ਜਿੰਦਾ ਬੈਠਾ ਨਾ, ਮੈਂ ਨਹੀਂ ਆ ਹਾਈ ਨਾ ਨੇ ਖੁਦ ਮੈਂ ਕਰ, ਇਹੋ ਤਾਂ ਡੋਲੀ ਨਾਲ ਇਹ ਤੈਨੂੰ ਇਹ ਤੈਨੂੰ ਸੋਹਰੇ ਦਾ ਜੇ ਮੂੰਹ ਵਿਖਾਈ ਤੈਨੂੰ ਇਹ ਦਿੱਤਾ ਲਾੜਾ ਹੈ, ਇਸੇ ਦੇ ਖੁਦ ਮੈਂ ਕਰ ਸੁਣੀ ਨਾ ਤੇਰੀ ਲੜਾਈ ਸੁਣੀ ਤੇ ਮੁੜ ਮੈਥ ਬੁਰਾ ਕੋਈ ਨਾ ਸੀ। ਮੈਂ ਭਾਵੇਂ ਇੱਥੇ ਆ ਕੇ ਮੁੜ ਚਿੱਟੇ ਦਾੜੇ ਵਾਲੇ ਦੇ ਨਾਲ ਇੱਥੇ ਸਾਵੇਂ ਖਲੋ ਕੇ ਗੱਲ ਕਰਨੀ ਪਈ ਨਾ ਤੇ ਮੁੜ ਮੈਂ ਉਹਦੇ ਨਾਲ ਕਰੇ ਸਾਂ। ਹੋਰ ਮੁੜ ਇੱਥੇ ਸਾਨੂੰ ਬਹਾ ਪਿਆਰ ਨਾਲ ਅੱਲਾ ਕਿਹੜਾ ਔਖਾ ਹੁੰਦਾ ਹੈ, ਗਾਏ ਵੀ ਵਸਾਵੋ ਤੇ ਪੇਟਿਆਂ ਨੂੰ ਵੀ ਖੁਸ਼ ਰੱਖੋ। ਤੂੰ ਤਾਂ ਬੋਲਦਾ ਹੀ ਕੋਈ ਨੂੰ ਤੇਰੇ ਮਗਰ, ਮੇਰੀ ਇਤਨੀ ਬਿਸਤੀ ਹੁੰਦੀ ਪਈ ਆ ਤੇ ਜ਼ਰੀ ਨੂੰ ਬੋਲਿਆ, ਆਪਣੇ ਪੋਤੇ ਨੂੰ ਸਮਝਾ ਸਾਰਾ ਮਸਲਾ ਖਰਾਬ ਕਰਨ ਲਾਈ ਹੋਵੇ। ਅਸੀਂ ਸਿੱਧਾ ਹੋ ਕੇ ਬਹੁ ਕਿਵੇਂ ਡਿੰਗਾ ਹੋਇਆ ਬੈਠਾ, ਸਿੱਧਾ ਲੰਮੀਆਂ ਲੱਤਾਂ ਕਾਇਓ, ਸਿੱਧਾ ਹੋ ਕੇ ਸੌ ਕਿਤੇ ਜਾਵਾਂ, ਅੱਲਾ ਤੈਨੂੰ ਕਿਦਾ ਵੀ ਨਾ ਲੈ ਜਾਵੇ, ਚੋਲਾ ਤੇ ਮੁੰਡ ਲਾ ਕੇ ਬੈਠਾ ਆਂ। ਤੰਦੂਰੀ ਪੇ ਤਪਦੀ ਕਦੀ ਮੂੰਹ ਚਾ ਕੇ ਇਦੂ ਵੇਖਣ ਲੱਗ ਗਿਆ।
ਕਦੀ ਮੂੰਹ ਚਾਹ ਕੇ ਇਦੂ ਵੇਖਣ ਲੱਗ ਗਿਆ, ਕਦੀ ਮੂੰਹ ਚਾਹ ਕੇ ਇਦੂ ਮਗਰੂ ਵੇਖਣ ਲੱਗ ਗਿਆ। ਇਹ ਤੰਦੂਰੀ ਪੇ ਸਕਦੀ ਕੀ ਹੋਇਆ ਹੈ, ਕੀ ਹੋਇਆ? ਆ ਖੁਦਾ ਦਾ ਵਾਸਤੇ ਜੀਵਨ ਦੇ ਸਾਨੂੰ ਪਤਾ ਨੀ ਕਦਾ ਤੋਂ ਮੈਂ ਇੱਥੇ ਮਗਰੂ ਲੈਣ ਆਏ ਮੇਰੇ ਤੇ ਕਦਾ ਮੇਰੇ ਦਿਲ ਨੂੰ ਸਕੂਨ ਆਉਣਾ। ਮਗਰੂ ਲੈਣਾ ਅੱਲਾ ਜਾਣੇ ਅਬੂ ਜੀ ਕੀ ਹੋ ਗਿਆ। ਚਲੋ ਕਾਹ ਮੈਂ ਤਾਂ ਠੱਡਾ ਪਾਣੀ ਕਾਹ ਅੱਬਾ ਕਿਉਂ ਮਗਰੂ ਲੈਣਾ ਉਹਨੂੰ ਕਿਉਂ ਲੈਣਾ ਕਿਉਂ ਅੱਬਾ ਉਹਦੀ ਜਾਨ ਛੱਡ ਦੇ ਬਾ ਕੀ ਹੋ ਗਈ। ਲਓ ਜੀ ਦੂਆ ਆ ਗਿਆ ਨੇ, ਇੱਕ ਤਾਂ ਹੁੰਦਾ ਨਾ ਉਹ ਥੱਲੇ ਲੱਗੋ ਹੋਇਆ, ਇਹ ਥੱਲੇ ਲੱਗੋ ਹੋਇਆ ਨਹੀਂ ਇਹ ਹੇਠੂ ਹਾਂਡੀ ਵੀ ਸਾਰੀ ਮੈਂ ਤਾਂ ਨਾ ਉਂਝ ਵੀ। ਚਲੋ ਅੱਬਾ ਤੂੰ ਜੋ ਮਰਜ਼ੀ ਸਮਝਦਾ। ਅੱਛਾ ਮੇਰੀ ਜ਼ਬਾਨ ਤਾਂ ਇਹੀ ਬੋਲਨੇ ਅਗਰ ਇਹ ਨਾਲ ਤੂੰ ਬੋਲਸੇ ਇਹਨੂੰ ਕੋਈ ਤਮੀਜ਼ ਹੀ ਸਮਝਾ। ਕੀ ਇਸ ਕੀਤਾ ਦੱਸੋ ਕੀ ਇਸ ਕੀਤਾ ਅੱਬਾ ਕਿਉਂ ਮੈਨੂੰ ਮਜਬੂਰ ਕਰਦਾ ਆਪਣੇ ਅੱਗੇ ਬੋਲਣ ਤੇ? ਕਿਉਂ ਉਹ ਡਾਕਟਰ ਦੇ ਕਲੀਨਿਕ ਦੇ ਮਗਰੂ ਕੀ ਕਰਨ ਦੀ ਖਲੋਤੀ ਆ? ਜੋ ਇਹ ਕਰਦੀ ਖਲੋਤੀ ਆ ਚੰਗਾ ਕਰਦੀ ਖਲੋਤੀ ਆ ਬਸ। ਅੱਛਾ ਹਾਂ ਭਲਾ ਹੁਣ ਇਸ ਕਿਵੇਂ ਆਖਣਾ? ਮੈਂ ਦਵਾਈ ਲੈਣ ਗਈ ਆ ਤੇਰੇ ਪਿਓ ਵਾਸਤੇ। ਹਾਂ ਤੇ ਦਾਦੇ ਵਾਸਤੇ ਦਵਾਈ ਲੈਣ ਗਈ ਆ ਮੈਂ। ਅੱਬਾ ਕੀ ਹੋ ਗਈ ਮੈਂ ਨਾਲ ਅੱਬਾ ਗੱਲ ਕਰ ਤੂੰ ਮੇਰੇ ਮੇਸੇ ਮੂੰਹ ਵਾਲੀ ਏ ਓ ਮੇਸੇ ਮੂੰਹ ਵਾਲੀ ਏ ਖਲੋ ਕੇ ਨਾ ਸਨੈਨ ਕੀ ਹੋਈ ਏ ਨਾ ਮੋੜਾ ਖਣਾ ਮੈਂ ਉੱਤੋਂ ਬਿਮਾਰ ਵੀ ਰਾਨੀ ਆ ਉਹ ਪਤਾ ਨੀ ਕੀ ਆ ਤੂੰ ਮੈਂ ਆਪੇ ਕਰ ਲੈਂਦਾ ਇਹ ਜੋ ਕੀ ਏ ਜਾ ਤੂੰ ਗੱਲ ਸੁਣ ਮੈਂ ਤੇਰੇ ਦਖਣੀ ਮੂੰਹ ਦਿੱਤੇ ਇਹ ਚਗਾਲ ਜਈਆ ਮੈਂ ਗੱਲ ਪੇ ਕਰੇ ਨਾ ਉਹਦੇ ਨਾਲ ਤੇ ਪਿਆ ਨਾ ਤੂੰ ਜਾ ਤੂੰ ਜਾ ਤੂੰ ਮੈਂ ਆਦਾ ਪਿਆ ਜਿਹੜੀ ਗੱਲ ਕਰਨੀ ਮੇਰੇ ਨਾਲ ਕਰ ਬਾਈ ਜਿਹੜਾ ਰਨ ਮੁਰੀਦ ਤੂੰ ਹੈ ਨਾ ਇੱਡਾ ਜ਼ਿੰਦਗੀ ਚ ਮੈਂ ਬੰਦਾ ਰਨ ਮੁਰੀਦ ਨਹੀਂ ਖਿਦਮਤ ਕਰਨ ਦੀ ਤੇਰੇ ਪਿਓ ਦੀ ਹੋ ਅੱਛਾ ਮੋੜੀ ਪਤਾ ਨਹੀਂ ਤੂੰ ਮੇਰੇ ਪਿਓ ਦਾ ਕਾ ਕਿਸੇ ਕੀ ਪੱਟੀ ਪੜਾਈ ਹੈ ਜਿਹੜਾ ਹੁਣ ਉਹ ਮੇਰੇ ਪਿਓ ਦਾ ਇਹ ਨਾਂ ਬਣਿਆ ਹੋਇਆ ਹੈ ਉਹ ਜਿਹੜੀ ਖਿਦਮਤ ਜਿਨਾਂ ਦੀ ਕਰਨ ਦੀ ਨਾ ਮੈਨੂੰ ਪਤਾ ਹੈ। ਚਲੋ ਉਹ ਮੇਰੇ ਪਿਓ ਦਾ ਸਿਰਫ ਨਹੀਂ ਹਾਂ ਜਿੰਦੀ ਵੀ ਖਿਦਮਤ ਕਰਨ ਦੀ ਨਾ ਮੈਨੂੰ ਚੰਗਾ ਲੱਗਦਾ। ਸ਼ਾਬਾ ਸਹੀ ਹੋਏ ਉਹ ਸ਼ਾਬਾ ਸਹੀ ਹੋਏ ਤੂੰ ਵੀ ਜੰਤੀ ਤੇ ਤੇਰੀ ਸਵਾਣੀ ਜੰਨਾ। ਚਲੋ ਠੀਕ ਹੈ ਓਏ ਹੋਏ ਹੋਏ ਅਸੀਂ ਦੋਸ ਕਿਸੇ ਓਏ ਹੋਏ ਮੈਂ ਤਾਂ ਪਰਨਿਆ ਮੈਥੇ ਹੀ ਤੇ ਸਵਾਣੀ ਆਈ ਹੈ ਐਂ ਜਿਹੜੀ ਗੱਲ ਕਰਿੰਦਾ ਮੈਨੂੰ ਉੱਥੇ ਬਾਅਦ ਜਾਂਦੀ ਆ। ਹਾਂ ਪਤਾ ਹੈ ਮੈਨੂੰ ਮਿਸਾਲਾਂ ਦਿੰਦੇ ਨੇ ਲੋਕ ਮਿਸਾਲਾਂ ਜੇ ਮਿਸਾਲਾਂ ਪਤਾ ਹੈ ਜੀ ਆ ਤਾਂ ਪਤਾ ਦਿੰਦੇ ਹੀ ਮਿਸਾਲਾਂ ਹਾਂ ਆ ਗੋਣੇ ਬਾਜ਼ਾਰ ਚ ਵਗ ਗਿਆ ਜੇ ਮਿਸਾਲ ਨਾ ਹੋਵੇ ਤਾਂ ਆਖੀ ਤੂੰ ਮਾ ਮੰਨਦਾ ਹੀ ਨਾ ਮਿਸਾਲਾਂ ਦਿੰਦੇ ਵੀ ਦਿੰਦੇ ਨੇ ਮਿਸਾਲਾਂ ਉਹ ਮੇਰੇ ਪਿਓ ਦਾ ਤਾਂ ਇਹ ਨਾ ਬਣਿਆ ਹੋਇਆ। ਹਾਂ ਪਤਾ ਥੱਲੇ ਕੌਣ ਲੱਗਵਾਇਆ ਹੈ ਹਾਂ ਹੁਣ ਤਾਂ ਇਹਦੀ ਔਲਾਦ ਨੂੰ ਮੈਂ ਥੱਲੇ ਨਹੀਂ ਲੱਗਣਾ। ਸੁਨੈਣ ਬਾਬਾ ਗੱਲ ਕੋਈ ਨਹੀਂ ਬੈਠਾ ਕੋਈ ਨਹੀਂ ਬੈਠਾ ਬਾਬੇ ਨੂੰ ਮੈਂ ਢੂੜ ਲਈ ਸਾਂ ਉਹ ਆ ਜਲਦੀ ਆ ਉਹ ਮੈਂ ਢੂੜ ਲਈ ਸਾਂ ਬਾਬੇ ਔਰ ਆਇਆ ਲੈ ਵੀ ਜਿਹੜੀ ਆ ਸਮਾਣੀ ਹੈ ਨੀ ਇਹਦੀ ਚਾਲ ਚੱਲਣ ਮੰਨੇ ਉਹ ਬਾਬਾ ਇਹ ਸੈਨ ਬਾਬਾ ਘਰ ਕੋਈ ਨੂੰ ਬੈਠਾ ਓਏ ਹਰ ਵੇਲੇ ਤੋਂ ਸੇ ਆਏ ਫਿਫੁਰ ਖਾਧੇ ਹੁੰਦਾ ਤਾਂ ਹੋਠ ਤੋਂ ਰੱਤੇ ਕੱਢੇ ਹੁੰਦੇ ਉਹ ਬੱਗੇ ਮੂੰਹ ਵਾਲੀ ਬੱਗੀ ਕੁੱਕੇੜਾ ਉੱਥੇ ਜੇ ਲੋਕਣੀ ਆਈ ਹੈ ਉੱਥੋਂ ਕੀ ਸਾਡੇ ਘਰ ਦਾ ਹਸ਼ਰ ਬਣਾਇਆ ਹੋਇਆ ਮੈਂ ਕਿਹਾ ਕੀ ਹੈ ਮੈਂ ਬਾਬੇ ਦੀ ਖਿਦਮਤ ਕਰ ਲੈਂਦੀ ਹਾਂ ਉਹ ਤੈਨੂੰ ਮੈਂ ਜਾਣਦਾ ਨਹੀਂ ਜਿਹੜੀ ਤੂੰ ਖਿਦਮਤ ਕਰੇਨੀ ਖਲੰਦਾ ਨਹੀਂ ਜਿਹੜਾ ਜੋ ਹਾਂ ਹਾਂ ਹੁਣ ਬਸ ਕਰ ਪਿਓ ਜਾਂਦਾ ਫੇਕਾ ਵੜ ਕੇ
ਹੈ ਪਿਓ ਕਾਵੜ ਕੇ ਜਾਂਦਾ ਪਏ ਉਹ ਆਂਦਾ ਪਿਆ ਹੈ ਕਿ ਹਰ ਟਾਈਮ ਉਹ ਮੇਰੀ ਖਿਦਮਤ ਕਰਨ ਦੀ ਹੈ ਅੱਛਾ ਉਸ ਨਾਲ ਲੜਦਾ ਰਹਿੰਦਾ ਹੈ ਉਹ ਨਿਕਲੇ ਉਹ ਵੇਖ ਉਹ ਜਾਂਦਾ ਪਈ ਉਹ ਵੇਖ ਉਹ ਖਿਲੋ ਮੈਂ ਨਾ ਕਰੀ ਅੱਬਾ ਹਾਂ ਹੁਣ ਨੱਪੋਸ ਸਵਾਣੀ ਮੈਨੂੰ ਕਿਤੇ ਨਾ ਬਜਾਇਆ ਸ਼ੁਦਾ ਬਾਹਰੋਂ ਆਵਣ ਆਇਆ ਮਗਰ ਬਜਾ ਕੱਢਿਆ ਕਿ ਪਿਓ ਨੱਸਿਆ ਜਾਂਦੇ ਪਿਓ ਮੇਰੇ ਕੀ ਆ ਜਾਵਣਾ ਸ਼ੁਦਾ ਬਾਹਰੋਂ ਆਵਣ ਆਇਆ ਅਖੀ ਜੀ ਅਖੀ ਜਾ ਕੇ ਤੇ ਪਿਓ ਕੇ ਘਰ ਛੱਡ ਕੇ ਜਾਂਦਾ ਇਸ ਗੱਲੋਂ ਮੈਂ ਨਾ ਇਹ ਸਵਾਣੀ ਚੌਕ ਚਰਨੀ ਕਈ ਬਾਧਾ ਅਤੀ ਜ਼ਰੂਰ ਹੈ ਹੋਏ 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 ਇੱਕ ਤਾਂ ਕੰਜਰਾ ਦਾ ਨੈਟ ਬੜਾ ਮਸਲਾ ਕੀਤੀ ਖਲੋਤਾ ਅੱਜ ਕੱਲ੍ਹ ਮੇਰੀ ਗੱਲ ਸੁਣ ਨਾ ਮਾਂ ਤਾਂ ਮੇਰਾ ਦਿਲ ਬੋਝ ਵੈਂਦਾ ਮੇਰੀ ਦੀਨ ਤਕਲੀਫ ਹੁੰਦੀ ਤਾਂ ਮੇਰਾ ਦਿਲ ਬੋਝ ਵੈਂਦਾ ਮੈਂ ਕਿਉਂ ਨਹੀਂ ਸਮਝਦਾ ਇੱਕ ਮਿੰਟ ਗੱਲ ਦੱਸ ਭਾਈ ਮੇਰਾ ਦਿਲ ਨਹੀਂ ਕਰਦਾ ਮੈਂ ਮੇਰੀ ਬਹਿਣ ਨਾਲ ਮੈਂ ਜਾ ਕੇ ਉਹਦੇ ਨਾਲ ਗੱਲ ਕਰਾਂ ਉਹਦੇ ਸਾਹਮਣੇ ਨਾਲ ਗੱਲ ਕਰਾਂ ਉਹ ਮੈਂ ਤੇ ਜਾਵਾਂ ਕੋਈ ਮੇਰੀ ਬਹਿਣ ਕੋਈ ਕਰਨ ਦੇਵੇ ਤਾਂ ਨਾ ਜਿਸ ਤੇ ਮੈਂ ਕਰਨ ਕਾਜ ਨਹੀਂ ਦਿੰਦੀ ਨਾ ਉਹ ਸਾਡੇ ਨਾਲ ਟੁੱਟਦੀ ਮੁੜ ਨਾ ਆਪਣਾ ਉਹ ਜਿਲ ਨਾ ਬਾਹਰ ਬਣਾਵੇ ਮੁੜ ਸਾਨੂੰ ਗੱਲ ਕਰਨ ਦਾ ਕੀ ਫਾਇਦਾ ਦੱਸ ਭਾਈ ਨਹੀਂ ਤਾਂ ਮੁੜ ਹੁਣ ਕੀ ਭਾਈ ਬੋਲ ਜਾ ਵੀ ਛੋੜ ਦੇ ਵੀ ਉਹਨੂੰ ਹੈ ਮੈਂ ਕਿਹਾ ਨਾ ਨਹੀਂ ਤੂੰ ਕਹਿ ਚਾਹਨਾ ਭਾਈ ਉਹਨੂੰ ਬਿਲਕੁਲ ਲੈ ਨਾ ਆਵੀਏ ਉਸੇ ਦੀ ਗੱਲ ਤਾਂ ਲੱਗ ਜਾਵੀਏ ਉਹ ਤਾਂ ਕਮਲ ਹੀ ਉਹਨੂੰ ਕਿਹੜਾ ਪਤਾ ਹੈ ਮੈਨੂੰ ਪਤਾ ਹੀ ਨਾ ਦਾ ਇਹ ਜਿਹੜਾ ਇਹਨਾਂ ਦਾ ਖਾਨਦਾਨ ਹੈ ਨਾ ਮੈਨਾਂ ਨੂੰ ਚੰਗੀ ਰੀਤ ਜਾ ਹਲਾ ਹੁਣ ਇੱਥੇ ਆਪਣੇ ਘਰ ਤਾਂ ਹੌਲੂ ਬੋਲ ਉੱਥੇ ਜਾ ਕੇ ਬੇਸ਼ੱਕ ਉਹਨਾਂ ਦਾ ਸਿਰ ਪਾੜ ਛੱਡੀ ਹੁਣ ਇੱਥੇ ਤਾਂ ਹੌਲੂ ਬੋਲ ਮੈਨੂੰ ਸਕੂਨ ਹੀ ਨਹੀਂ ਪਿਆ ਆਂਦਾ ਤੂੰ ਪਤਾ ਨਹੀਂ ਕਿਵੇਂ ਪਿਆ ਨਾ ਛੋੜ ਅੰਮੀ ਤਾਂ ਹੁਣ ਹਲਾ ਠੀਕ ਜਾ ਕੇ ਮੋਕ ਲੈਨੇ ਬਸ ਮੈਂ ਅੱਜ ਜਾ ਕੇ ਜੀਵਨ ਨਾਲ ਗੱਲ ਕਰੇ ਸਾਂ ਹੁਣ ਮੈਨੂੰ ਡੱਕੀ ਨਾ ਪਈ ਬਈ ਤਾਂ ਤੂੰ ਵਈ ਜੀ ਗੱਲ ਨਾ ਕਰ ਨਹੀਂ ਅੱਜ ਮੈਂ ਆਪ ਗੱਲ ਕਰੇ ਨਹੀਂ ਮੈਂ ਉਸ ਨਾਲ ਜਾ ਕੇ ਕਰਦਾ ਨਾ ਮੈਂ ਆਂਦਾ ਬਈ ਤੂੰ ਸਾਹਿਬ ਪਤਾ ਨਹੀਂ ਕੀ ਤੁਸੀਂ ਬਣਾਇਆ ਨਾਨੀ ਵੇੜਾ ਬਣਾਈ ਖਲੋਤੇ ਜੇਲੇ ਵੀ ਖਿੰਦਾ ਛੋਹਰ ਨਾਲ ਉਹਨੇ ਬਦਤਮੀਜ਼ੀ ਕਰ ਲੈਂਦੇ ਨੇ ਇਹ ਜ਼ਰਾ ਸਾਵਰੇ ਨੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਬਈ ਉਹ ਪਰਨਾਕ ਲੈ ਕੇ ਆਣੀ ਉਹ ਇੱਥੇ ਅਸੀਂ ਕੋਈ ਉਹਨਾਂ ਨੂੰ ਸੌਦਾ ਤਾਂ ਕੋਈ ਨਹੀਂ ਕਰਕੇ ਦਿੱਤਾ ਬਈ ਜੋ ਮਰਜ਼ੀ ਤੁਸੀਂ ਕੀਤੀ ਰੱਖਿਆ ਉੱਥੇ ਨਹੀਂ ਉਹ ਜਿਹੜਾ ਹੈ ਵੱਡਾ ਵੱਡਾ ਜਿਹੜਾ ਹੈ ਨਾ ਵੱਡਾ ਹੈ ਉਹ ਕੋਈ ਢੇਰ ਅੱਜ ਕੱਲ ਪੈਰਾਂ ਤੋਂ ਪੱਟੇ ਹੋਇਆ ਉਹਨ ਮੈਂ ਠਾੜ ਗਾਤ ਲੈਣੀ ਤੂੰ ਟੋਰ ਸਹੀ ਮੇਰੇ ਨਾਲ ਚੱਲ ਟੋਰ ਹੁਣ ਮੋੜ ਉੱਥੇ ਮੈਂ ਨਾ ਪਈ ਡੱਕੀ ਮੈਂ ਮੋੜ ਪਿਆ ਨਾ ਹੁਣ ਮੈਂ ਜਿਹੜੀ ਕਰਨੀ ਹੈ ਨਾ ਮੋੜ ਸੁਧਰੀ ਕਰਕੇ ਆਸਾਂ ਨਾ ਮੈਂ ਉੱਥੇ ਕਹਿ ਬਹਿਣ ਦੀ ਸੁਣਨੀ ਔਰ ਟੋਰ ਜਿਹੜੇ ਜਾਂਦੇ ਵੇਖੋ ਮੱਛੀ ਆ ਗਿਆ ਸਵੇਰ ਦੀ ਨਿਕਲੀ ਹੋਈ ਤੈਨ ਕਹਿਣ ਦਿਆਲ ਜਾਂਦੀ ਸੁਬੋ ਦੀ ਜਿਹੜਾ ਛੋਹਰ ਮੇਰਾ ਉਹ ਮੁੱਢੂ ਉਸ ਤੇ ਬਣੇ ਹੋਏ ਆ ਕਿਦਾ ਨਿਕਲਦੀ ਨਹੀਂ ਕਿਦਾ ਨਿਕਲਦੀ ਨਹੀਂ ਆ ਗਏ ਹੋ ਜਨਾ ਮੋੜ ਹੁਣ ਉਹ ਹਲਾ ਕਦੇ ਤਾਂ ਆਪਣਾ ਪਾਰਾ ਜਿਹੜਾ ਹੈ ਥੋੜਾ ਜਿਹਾ ਲੋਕ ਕਰ ਛੱਡਿਆ ਕਰ ਅੱਛੀ ਪਿਆਰੀ ਕਿਦੇ ਬੀਵੀ ਹੈ ਕਿਦੇ ਘਰ ਹੀ ਆਈ ਹੋ ਬੀਵੀ ਜਾਨ ਕਿੱਥੇ ਆਈ ਕਿੱਥੇ ਗਈ ਮੈਨੂੰ ਕਿਹੜਾ ਪਤਾ ਦਾਦਾ ਕਿੱਥੇ ਦਾਦਾ ਤਾਂ ਗੁਹਾਟੀ ਨਾਲ ਬੈਠਾ ਹੋਣਾ ਮੈਨੂੰ ਪਤਾ ਬੈਠਾ ਹੋਣਾ ਹਾਂ ਉੱਥੇ ਵਗ ਜਾਂਦਾ ਤੇਰੀਆਂ ਛੁੱਟਾਂ
ਆ ਜਾਂਦੀ ਤੇ ਕੀ ਕਰਾਂ ਬੰਦ ਕਰਕੇ ਸੰਗਲ ਪਾ ਕੇ ਰੱਖਾਂ ਨੂੰ ਹੋਏ ਜੋ ਕੋਈ ਨਾ ਜੁਨਾਬ ਦੇ ਕਿਦੇ ਮੁਕੱਦਸ ਕਿਦੇ ਆਏ ਗਈ ਬਾਤ ਕੀ ਹਾਲ ਹੈ ਸਨ ਠੀਕ ਠਾਕ ਅੱਜ ਕਾਬੜੇ ਹੋਏ ਆਇਓ ਮੁਕੱਦਸ ਕਿਦੇ ਮੁਕੱਦਸ ਕਿਦੇ ਤੇ ਹਾਂ ਤੇ ਅੱਜ ਮੈਂ ਗੱਲ ਕਰਨੀ ਨਾ ਉਹਦੇ ਨਾਲ ਉਹ ਹੈ ਕਿਤੇ ਮੈਨੂੰ ਪਤਾ ਲੱਗੇ ਇੱਕ ਮੈਂ ਇੱਥੇ ਗੱਲ ਦੱਸਾਂ ਰੱਬੋ ਤੂੰ ਘਰ ਲਾ ਗਿਆ ਇੱਥੇ ਭਾਵੇਂ ਨਾ ਅੱਜ ਕਹਿਣਾ ਇੱਕ ਮਿੰਟ ਠਹਿਰ ਮੈਨੂੰ ਇਹਦੇ ਨਾਲ ਜ਼ਰਾ ਮੋਕ ਲੈਣ ਦੇ ਮੈਂ ਇਹਦੇ ਨਾਲ ਇੱਕ ਮਿੰਟ ਬਹਿ ਕੇ ਕਰ ਬਹਿ ਕੇ ਮੈਂ ਬੜੀ ਸੋਹਣੀ ਰੀਤ ਗੱਲ ਕਰ ਨਹੀਂ ਨਹੀਂ ਕੀ ਤੋ ਮੇਰਾ ਨਹੀਂ ਤੂੰ ਕੋਈ ਬਾਲ ਢੇਰ ਵਜਵਰੀਆਂ ਬਣੇ ਅਸਨਾਨ ਅੱਜ ਤੋਂ ਵਿੱਚ ਨਹੀਂ ਬੋਲਣਾ ਅੱਜ ਸਾਂ ਗੱਲ ਕਰ ਲੈਣ ਦੇ ਨਹੀਂ ਤੂੰ ਢੇਰ ਵਜਵਰੀਆਂ ਬਣੇ ਹੋਏ ਐ ਕਾਈ ਤੇਰੇ ਕੋਲ ਕੋਈ ਸਾਖ ਲਿਆ ਮੂੰ ਕਾਈ ਤੇਰੇ ਕੋਲ ਕੋਈ ਸਟਾਮ ਕਰਾਏ ਮੂੰ ਦੱਸ ਕੇ ਲਾਣਾ ਕੇ ਇਹਨੇ ਮੇਰੀ ਢੀਤ ਤੇ ਆ ਗੱਲ ਦਾ ਜਵਾਬ ਦੇ ਹੁਣ ਨਿਆ ਰਾਤੀਆਂ ਨੂੰ ਰਾਤੀਆਂ ਰਵਾਈਆਂ ਇਹਨੇ ਕੋਈ ਸ਼ਰਮ ਤੇ ਕੋਈ ਹਈਆ ਕਰ ਲਾ ਤੇਰੀ ਸੋਹਣੀ ਦਿੰਦਾ ਕੋਈ ਨਾ ਤੋ ਸਵਿਸਦਾ ਕੋਈ ਨਾ ਓਏ ਤੇਰੀ ਸੋਹਣੀ ਸਗਾਤ ਕਦੀ ਸਾਡੇ ਸਾਨੂੰ ਘਰ ਲੱਦੀ ਏ ਇੱਕ ਆਈ ਮੈਂ ਹੁਣ ਤਾਂ ਤੇਰੀਆਂ ਹੂਸਾਂ ਬਾਨ ਨੂੰ ਬਿਠੀਆਂ ਤਾਂ ਕਹੀ ਨਹੀਂ ਨਹੀਂ ਅੱਗੇ ਪਿਆ ਨਾ ਚੰਗਾ ਹੋਵੇ ਤਾਂ ਬਦਰੀ ਲੈ ਲਵੇਂ ਆ ਅਸਾਂ ਕੋ ਡੱਕਾ ਖੱਤੇ ਆਈ ਤਾਂ ਇਹਨੂੰ ਹਾਂ ਲੈ ਤਾਂ ਕਰਨਾ ਲਵੇਂ ਆ ਨਹੀਂ ਨਹੀਂ ਹੁਣ ਇਮਾਨ ਤੇ ਹੁਣ ਤੁਸੀਂ ਜੋ ਆਏ ਹੋ ਹਾਂ ਕਿਦੇ ਤੇਰੀ ਸੋਹਣੀ ਸਵਾਲ ਵਾਹ ਸਨੈਣ ਵਾਹ ਮੂੰਹ ਚੜ ਕੇ ਮੂੰਹ ਚੜ ਕੇ ਇਲਜ਼ਾਮ ਲਾਈ ਬੈਠਾ ਤਾਂ ਸਾਡੇ ਮੂੰਹ ਦੇ ਉੱਤੇ ਮੇਰੀ ਭੈਣ ਤੇ ਇਲਜ਼ਾਮ ਲਾਈ ਖਲੋਤਾ ਤੂੰ ਇਲਜ਼ਾਮ ਲੈ ਉਹ ਕੋਈ ਉਹ ਤੋ ਤੁਹਾਨ ਦਾ ਕੋਈ ਨਾ ਰੋਸ਼ਨ ਕਰਨ ਗਈ ਉਹਦੀ ਉਹ ਮੇਰੀ ਦੀ ਗਲਤ ਕਾਈ ਨਹੀਂ ਤਾਂ ਮੈਂ ਤਾਂ ਇਹਨੂੰ ਚੰਗੀ ਰੀਤ ਜਾਣਨੀ ਆ ਮੇਰੇ ਨਾਲ ਤੇਰੀ ਸਹਨੀਆ ਤੂੰ ਮੈਂ ਓਏ ਮੇਰਾ ਉਹ ਮੇਰੇ ਨਾਲ ਰੋਸ਼ਨ ਕੋਈ ਕਰਨ ਗਈ ਮੇਰੇ ਭੱਠਾ ਬਾਵਣ ਕਿਦੇ ਅਸਨੈਣ ਤੈਨੂੰ ਕੋਈ ਪਤਾ ਸੋ ਰਹਾ ਹੈ ਭੱਠਾ ਬਾਵਣ ਹਾਂ ਮੇਰੇ ਭੱਠਾ ਬਾਵਣ ਗਈ ਹੋਈ ਹੈ ਨਾ ਤੁਹਾਡਾ ਰੋਸ਼ਨ ਚਲੋ ਭੱਠਾ ਤੇਰਾ ਸਿਰਫ ਅਸੀਂ ਚੁੱਪ ਕੀਤਾ ਤਾਂ ਤੇਰੀ ਪਸੰਦ ਦੀ ਵਜ੍ਹਾ ਤੋਂ ਹੁਣ ਤਾਈਂ ਚੁੱਪ ਕਰਕੇ ਤੂੰ ਪਸੰਦ ਹੀ ਲਈ ਆਏ ਠੀਕ ਹੈ ਨਾ ਹੁਣ ਤਾਂ ਅਸੀਂ ਇਤਨੀ ਬਰਦਾਸ਼ਤ ਕੀਤੀਆਂ ਉਹ ਕੋਈ ਉਹਦੇ ਪਿੱਛੇ ਸਾਈ ਮਾਰ ਕੋਈ ਨਹੀਂ ਗਾਇਆ ਨਹੀਂ 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 ਨਾ ਤੈਨੂੰ ਖਸਮੀ ਸਮਝ ਅਖੇ ਜੀ ਕੀ ਹੈ ਅਖੇ ਜੀ ਤੇਰੇ ਪਿਓ ਦੀ ਖਿਦਮਤ ਕਰਨ ਦੀ ਮੇਰੇ ਪਿਓ ਤੋਂ ਉੱਥੇ ਗਵਾਡੀਆਂ ਛੋਦਾ ਬੈਠਾ ਹੈ ਹੈ ਉਹ ਕੀ ਦੇ ਤੇ ਕਿਉਂ ਕਰੇ ਉਹ ਕੋਈ ਨੌਕਰ ਲੱਗੀ ਹੋਈ ਤੇਰੇ ਪਿਓ ਦੀ ਕੋਈ ਕੁਰਾਏ ਉਸਤੇ ਕਿਸ ਵਾਸਤੇ ਮੋੜ ਲੈ ਕੇ ਭਾਗ ਜਾ ਮੋੜ ਲੈ ਕੇ ਭਾਗ ਜਾ ਲੈ ਕੇ ਭਾਗ ਜਾ ਸਾਂ ਐਡੀ ਕਿਹੜੀ ਚਾ ਤੂੰ ਸਾਂ ਨਹੀਂ ਕਹਿੰਦਾ ਪਿਆ ਤੁਹਾਨੂੰ ਹੁਣ ਲੱਗਦੀ ਤਾਂ ਵਾਜੀ ਐਡੀ ਸਾਡੀ ਵੇਲੇ ਚ ਭਾਗ ਆ ਲੱਗਦੀ ਤਾਂ ਲੱਗਦੀ ਤੁਹਾਨੂੰ ਲੱਗਦੀ ਤੇ ਜਾਸੋ ਨਾ ਹਾਂ ਲੱਗਦੀ ਤੂੰ ਕੋਈ ਨਹੀਂ ਚੱਲ ਕੋਈ ਆ ਕੀ ਕਿਥੇ ਗਈ ਆ ਕੀ ਆਈ ਚੱਕਰਾਂਦੀ ਕੇ ਸਿਰ ਨੂੰ ਚੱਕਰਾਂਦਾ ਦਾਦੇ ਦੀ ਇਤਨੀ ਤਬੀਅਤ ਖਰਾਬ ਆਈ ਉੱਥੇ ਡਹਿ ਗਿਆ ਹੁਣ ਮੈਂ ਹਸਪਤਾਲ ਲੈ ਗਿਆ ਤੁਸੀਂ ਤਾਂ ਇੱਥੇ ਬੈਠੇ ਹੋ ਤੁਹਾਨੂੰ ਪਤਾ ਹੀ ਕੋਈ ਨਹੀਂ ਉਹ ਗਵਾਠੀਆਂ ਕੋਈ ਨਹੀਂ ਬਸ ਸੁਣ ਲਾ ਉੱਥੇ ਡਾਕਟਰ ਆਖਿਆ ਕਿ ਡਾਕਟਰ ਆਖਿਆ ਕਿ ਇਹਨੂੰ ਖੂਨ ਦੀ ਇਤਨੀ ਕਮੀ ਹੈ ਐਮਰਜੈਂਸੀ ਤੁਹਾਨੂੰ ਛੋੜ ਤੂੰ ਬਾਤ ਤਾਂ ਸਹੀ ਪਹਿਲੇ ਆ ਦੱਸ ਨਾ ਲੈ ਲਾ ਬਲੱਡ ਲੱਗਣ ਨਾਲ ਇਹ ਕੀ ਹੈ ਤੇਰੀ ਤਬੀਅਤ ਨੂੰ ਕੀ ਡਾਕਟਰ ਆਖਿਆ ਉਹਨੂੰ ਖੂਨ ਨਾ ਮਿਲਿਆ ਤੂੰ ਮਰ ਜਾ ਮੈਂ ਉਹ ਨਹੀਂ ਨਹੀਂ ਮੈਂ ਬਲੱਡ ਨਹੀਂ ਸੀ ਬਲੱਡ ਮੈਂ ਇਸ ਟਾਈਮ ਲੈ ਕੇ ਤੂੰ ਅਸਰਾਂ ਕਿ ਮੈਂ ਫੋਨ ਕਰਨ ਨਾ ਕਿ ਮੈਂ ਬਲੱਡ ਵਾਸਤੇ ਆ ਫੋਨ ਨਹੀਂ ਚੰਗਾ ਪਿਆ 4000 ਬਲੱਡ ਦੀ ਤੁਹਾਨੂੰ ਕੋਈ ਨਹੀਂ ਜ਼ਰੂਰਤ ਕਰਾਂ ਨਹੀਂ ਮੈਂ ਬਲੱਡ ਤੋਂ ਦੇ ਆਈ ਆ ਦੋ ਬੋਤਲਾਂ ਹਾਂ ਤੂੰ ਬਲੱਡ ਦੇ ਆਈ ਕਿਸ ਵਾਸਤੇ ਇੰਨਾ ਤੋਂ ਕੀਤਾ ਸਾਂ ਸਾਡੇ ਤੋਂ ਨਹੀਂ ਨਹੀਂ ਹੁਣ ਮੂੰਹ ਉੱਧਰ ਨਾ ਕਰ ਹੁਣ ਮੇਰੇ ਹਾਲ ਕਰ ਇਹ ਧਿਆਨ ਨਾ ਇਹ ਮੈਨੂੰ ਮੇਰਾ ਬੇੜਾ ਬੋੜਨ ਗਈ ਇਹ ਤੁਹਾਡਾ ਬੇੜਾ ਬੋੜਨ ਗਈ ਹੈ ਹੈ ਕੀ ਲੈਣਾ ਹੈ ਇਸ ਤੇ ਹੈ ਸ਼ਰਮ ਕਰ ਕੋ ਸ਼ਰਮ ਦਾ ਗੱਟਾ ਠੀਕ ਹੈ ਦੱਸ ਹੁਣ ਤੂੰ ਮਾਰ ਵਾਂ ਬੇਸ਼ੱਕ ਤੇ ਤੂੰ ਬੇਸ਼ੱਕ ਤੇ ਮਾਰ ਪਈ ਇਹਨਾਂ ਨੂੰ ਕਾਈ ਪਰਵਾਹ ਨਹੀਂ ਕਰਨੀ ਬਸ ਠੀਕ ਹੈ ਹੋ ਗਿਆ ਨਾ ਇਹਦੇ ਪਿਓ ਨੂੰ ਖੂਨ ਦੇ ਛੱਡਿਆ ਹੁਣ ਸਾਨ ਕਾਈ ਲੋੜ ਮੈਂ ਆਪਣੀ ਭੈਣ ਦਾ ਆਪੇ ਕਰ ਲੈ ਕੇ ਦੇ ਕਿ ਮੈਨੂੰ ਬਾਅਦ ਹੀ ਪਤਾ ਲੱਗਾ ਵੀ ਮੇਰੇ ਪੇਟ ਵਿੱਚ ਬੱਚਾ ਹੈ ਹਾਂ ਕਰਦਾ ਸੀ ਡਾਕਟਰ ਬਾਅਦ ਹੀ ਦੱਸ ਬਸ ਉਹਨੂੰ ਉੱਠੇ ਡਾਕਟਰ ਚਲਾ ਜਾ ਕਾਈ ਜ਼ਰੂਰਤ ਅਸੀਂ ਆਪੇ ਲੈ ਕੇ ਵਾਪਸ ਅਲੀ ਖਾਨ ਮੈਂ ਮਾਫੀ ਮੰਗਣਾ
ਅਸਮਾ ਮੈਂ ਮਾਫੀ ਮੰਗਣਾ ਆ ਵਿਖੇ ਮੈਂ ਮੇਰੀ ਚਿੱਕੀ ਦਾੜੀ ਮੈਂ ਮਾਫੀ ਮੰਗਣਾ ਤੇਰੀ ਦੀ ਵਰਗੀ ਚੰਗੀ ਹੈ ਇਹ ਗਲਤੀਆਂ ਕਰਨ ਤੋਂ ਪਹਿਲੇ ਕੋਈ ਸੋਚਣਾ ਚਾਹੀਦਾ ਹੈ ਕੋਈ ਖੁਦਾ ਦਾ ਖੌਫ ਰੱਖਣਾ ਚਾਹੀਦਾ ਅਸ ਨਹੀਂ ਮੈਨੂੰ ਸਮਝ ਨਹੀਂ ਲੱਗੀ ਉਠੀ ਡਾਕਟਰ ਤੇ ਲੈ ਜਾ ਜਲਦੀ ਕਰੋ ਅੱਜ ਤਾਂ ਪਤਾ ਲੱਗ ਗਿਆ ਹੀ ਨਾ ਉਹ ਜਲਦੀ ਕਰ ਮੇਰੀ ਦੀਨ ਡਾਕਟਰ ਤੇ ਲੈ ਜਾ ਮੈਂ ਆਖਿਆ ਹੈ ਨਾ ਕੁੜੀ ਕਾਹ ਨਹੀਂ ਇਹ ਬੰਦਾ ਠੀਕ ਹੈ ਮੇਰੀ ਮਾਂ ਨਹੀਂ ਇਹ ਜੋ ਕੁਝ ਹੋਇਆ ਨਾ ਸਹੀ ਹੋ ਗਿਆ ਅੱਜ ਮੇਰੀ ਗੱਲ ਸੁਣ ਲਾ ਅੱਗੇ ਹੁਣ ਤਾਂ ਇਹਨੂੰ ਅਹਿਸਾਸ ਕੋਈ ਨਹੀਂ ਹੋਣਾ ਇਹ ਜਿਹੜਾ ਹੋਇਆ ਨਾ ਇਹ ਉਲਟਾ ਉਸ ਨੂੰ ਅਹਿਸਾਸ ਦਿਵਾਉਣ ਵਾਸਤੇ ਸਹੀ ਹੋ ਗਿਆ ਤੁਹਾਡੇ ਭਲੇ ਹੋਵੇ ਮੇਰੀ ਭੈਣ ਤੇਰਾ ਵੀ ਹਮੇਸ਼ਾ ਇਹ ਮੇਰੀ ਗੱਲ ਹੈ ਚਾਚਾ ਬੇਸ਼ੱਕ ਤੂੰ ਮੇਰੇ ਚ ਉਮਰ ਤੋਂ ਵੱਡਾ ਹੈ ਗੱਲ ਯਾਦ ਰੱਖੀ ਹਮੇਸ਼ਾ ਖੂਨ ਦੇ ਰਿਸ਼ਤੇ ਵੀ ਕਦੀ ਕਦੀ ਆਪਣੇ ਨਹੀਂ ਬਣਦੇ ਠੀਕ ਹੈ ਨਾ ਤੇ ਬਾਹਰ ਦਾ ਜਿਹੜਾ ਕੰਮ ਕਰ ਜਾਂਦੇ ਨਾ ਉਹ ਆਪਣੇ ਵੀ ਨਹੀਂ ਕਰਦੇ ਮੈਂ ਬੜਾ ਭੁੱਲ ਗਿਆ ਮੈਨੂੰ ਮਾਫੀ ਦੇ ਰਿਹਾ ਮੈਨੂੰ ਮਾਫੀ ਦੇ ਇਹ ਐਡੀ ਚੰਗੀ ਸਾਡੇ ਕੋਲ ਮਾਫੀ ਨਹੀਂ ਹੈ ਆਪਣੀ ਅੱਲਾ ਦੀ ਜ਼ਾਤ ਤੋਂ ਮਾਫੀ ਮੰਗ ਜਿਹੜਾ ਹੁਣ ਤੇ ਤੋ ਜੁਰਮ ਕੀਤਾ ਤੇ ਉਹ ਛੋਹਰ ਕੋਲ ਮਾਫੀ ਮੰਗੀ ਉਸ ਨੂੰ ਉਹ ਹੁਣ ਤਾਂ ਹੀ ਵੇਖ ਲਾ ਸਾਡੇ ਨਾਲ ਨਹੀਂ ਟੁਰੀ ਉਸ ਆਪਣਾ ਪੇਕੇ ਘਰ ਅੱਜ ਤਾਂ ਕਾਈ ਗੱਲ ਨਹੀਂ ਦਸੀ ਤੁਸਾਂ ਜੋ ਜ਼ੁਲਮ ਮੈਂ ਅਗਲੇ ਦਿਨ ਰੋਂਦੀ ਟੁਰ ਗਈ ਤੁਸਾਂ ਜੋ ਜ਼ੁਲਮ ਕੀਤਾ ਜੋ ਕੁਝ ਮਰਜ਼ੀ ਆਖੇ ਨੇ ਉਸ ਅੱਜ ਤਾਂ ਹੀ ਉਹ ਗੱਲ ਕਦੀ ਨਹੀਂ ਸੰਦ ਜਬਾਨ ਤੇ ਕਦੀ ਉਸ ਗਿਲਾ ਨਹੀਂ ਆਂਦਾ ਕਦੀ ਉਫ ਨਹੀਂ ਕੀਤੀ ਠੀਕ ਹੈ ਤੁਸਾਂ ਬਾਣਾ ਸੀ ਬਹੁਤ ਜੀ ਨਹੀਂ ਅਸੀਂ ਬਾਣਾ ਕੋਈ ਮੈਂ ਆਪਣੀ ਦੀ ਹਾਲ ਜਾਂਦਾ ਪਿਆ ਉਹਦੀ ਤੇ ਵੀ ਅੱਜ ਜੇ ਖਰਾਬ ਚੱਲ ਮੇਰੀ ਮਾਂ ਸੀ ਮਗਰ ਚਲੀਏ ਕਲੀਨਿਕ ਤੇ ਰੱਬਾ ਜੀ ਅਸਲਾਮ ਅਲੈਕੁਮ ਸਾਡੇ ਆਲ ਫਰੈਂਡ ਕੈਸੇ ਹੋ ਠੀਕ ਹੋ ਅਸੀਂ ਵੀ ਤੁਹਾਡੀਆਂ ਦੁਆਵਾਂ ਨਾਲ ਠੀਕ ਹਾਂ ਸਾਡੀ ਅੱਜ ਸਟੋਰੀ ਔਰ ਸਾਡਾ ਮੈਸੇਜ ਤੁਹਾਨੂੰ ਕੈਸਾ ਲੱਗਾ ਸਟੋਰੀ ਤੁਸੀਂ ਵੇਖ ਲਈਏ ਔਰ ਸਾਡਾ ਹਮੇਸ਼ਾ ਇਹ ਮਕਸਦ ਹੁੰਦਾ ਹੈ ਕਿ ਤੁਹਾਡੇ ਵਾਸਤੇ ਅੱਛਾ ਮੈਸੇਜ ਲੈ ਕੇ ਆਵੀਏ ਤੁਸੀਂ ਇਸ ਤਰ੍ਹਾਂ ਦੀਆਂ ਸਟੋਰੀਆਂ ਕਾਫੀ ਅੱਗੇ ਵੀ ਵੇਖੀਆਂ ਸਨ ਸਾਡੀਆਂ ਪਹਿਲੇ ਵੀ ਵੇਖੀਆਂ ਸਨ ਮਗਰ ਹਰ ਤਾਂ ਇੱਕ ਆਪਣਾ ਰੰਗ ਹੁੰਦਾ ਹੈ ਆਪਣਾ ਅੰਦਾਜ਼ ਹੁੰਦਾ ਹੈ ਅਲੱਗ ਅਲੱਗ ਲੋਕ ਵਿੱਚ ਕਿਰਦਾਰ ਕਰਨ ਵਾਸਤੇ ਹੁੰਦੇ ਨੂੰ ਅਤੇ ਸਾਡਾ ਉਹਨਾਂ ਧੀਆਂ ਭੈਣਾਂ ਨੂੰ ਵੀ ਇਹ ਮੈਸੇਜ ਹੈ ਕਿ ਗਾਏ ਵਸਾਵੇਂ ਬੜੇ ਮੁਸ਼ਕਿਲ ਹੁੰਦੇ ਜਦੋਂ ਤੁਸੀਂ ਇੱਕ ਮਾਂ ਪਿਓ ਦੇ ਬੂਹੇ ਤੋਂ ਵਗ ਜਾਵੋ ਨਾ ਕੋਸ਼ਿਸ਼ ਕੀਤੀ ਕਰੋ ਕਿ ਤੁਸੀਂ ਆਪਣੇ ਪਿਆਰ ਨਾਲ ਨਾ ਪਿਆਰ ਨਾਲ ਆਪਣੀ ਫੈਮਿਲੀ ਨੂੰ ਡਾਲ ਕੇ ਲੈ ਆਉਂਦਾ ਕਰੋ ਤਾਂ ਕਿ ਉਹ ਆਨੇ ਨਾ ਕਿ ਕਦੀ ਕਦੀ ਇਨਸਾਨ ਨੂੰ ਅਗਲੇ ਬੰਦੇ ਨੂੰ ਪਿਆਰ ਨਾਲ ਵੀ ਇਨਸਾਨ ਚੇਂਜ ਕਰ ਲੈਂਦਾ ਜ਼ਰੂਰੀ ਨਹੀਂ ਕਿ ਹੇਕ ਕਰੇ ਕੋਈ ਤਾਂ ਦਾਹ ਕਰੋ ਜਦੋਂ ਇਹ ਅਜਿਹਾ ਮਸਲਾ ਹੋਵੇ ਨਾ ਉਦੋਂ ਗਲ ਜਿਹੜਾ ਨਾ ਆਬਾਦ ਨਹੀਂ ਬਰਬਾਦ ਹੁੰਦੇ ਅਤੇ ਮੇਰੀ ਉਹਨਾਂ ਮਾਂ ਪਿਓ ਭੈਣ ਵਿਆਹਾਂ ਨੂੰ ਵੀ ਮੈਸੇਜ ਹੈ ਜਿਹੜਾ ਆਪਣੀ ਇੱਕ ਬੇਟਾ ਪਸੰਦ ਹੀ ਕਰ ਲੈਂਦਾ ਜਾਂ ਧੀ ਪਸੰਦ ਹੀ ਕਰ ਲੈਂਦੀ ਹੈ ਅਤੇ ਉਹ ਅਗਲੇ ਜਿਹੜੇ ਹੈ ਉਹਨਾਂ ਦਾ ਜਿਹਾ ਹਰਾਮ ਕਰ ਲੈਂਦੇ ਨੇ ਇਸ ਤਰ੍ਹਾਂ ਨਾ ਕੀਤਾ ਕਰੋ ਪਤਾ ਨਹੀਂ ਉਹ ਵੀ ਕਿਤਨੀਆਂ ਕੁਰਬਾਨੀਆਂ ਦੇ ਕੇ ਆਉਂਦੀ ਹੈ ਮੋਰ ਆਪਣਾ ਗਲ ਛੱਡ ਕੇ ਆਉਂਦੀ ਹੈ ਆਪਣਾ ਮਾਂ ਪਿਓ ਛੱਡ ਕੇ ਆਉਂਦੀ ਹੈ ਤੁਹਾਡੇ ਨਾਲ ਰਹਿੰਦੀ ਹੈ ਤੁਹਾਨੂੰ ਮਾਂ ਪਿਓ ਸਮਝਦੀ ਹੈ ਗਲ ਬਾਤ ਸਮਝਦੀ ਹੈ ਉਸ ਤੋਂ ਇਲਾਵਾ ਤੁਹਾਡੀ ਫੈਮਿਲੀ ਨੂੰ ਅਪਣਾ ਲੈਂਦੀ ਹੈ ਇੱਦਾਂ ਦਾ ਹੀ ਕਿ ਆਪਣਾ ਖੂਨ ਵੀ ਦਿੰਦੀ ਹੈ ਅਤੇ ਮੋਰ ਤੁਸੀਂ ਇਹ ਨਾ ਕੀਤਾ ਕਰੋ ਨਾ ਕਿ ਅਗਲੇ ਨੂੰ ਪਰਾਇਆ ਕਰ ਛੱਡਿਆ ਤੁਸੀਂ ਹਮੇਸ਼ਾ ਜਦੋਂ ਦੋਹਾਂ ਦੀ ਆਈ ਹੋਈ ਦੀਦੀ ਇੱਜ਼ਤ ਕਰ ਸੋ ਨਾ ਤੁਹਾਡੀ ਦੀਦ ਜਿਸ ਗਾਵੇ ਬੈਠੀ ਹੋ ਸੀ ਉਹਦੀ ਵੀ ਇੱਜ਼ਤ ਹੋ ਸੀ ਬਿਲਕੁਲ ਜੀ ਤੁਸੀਂ ਕੀ ਆਖਿਆ ਜੀ ਤਾਂ ਹੁਣ ਹੋ ਗਿਆ ਸਾਡੇ ਜਾਣ ਦਾ ਵੇਲਾ ਪਾਕਿਸਤਾਨ ਜ਼ਿੰਦਾਬਾਦ।